ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ 'ਤੇ। ਅੱਜ ਇੱਕ ਹੋਰ ਮਿੰਨੀ ਵਲੌਗ ਲੈ ਕੇ ਆਏ ਹਾਂ। ਇਹਦਾ ਏਅਰ ਫਿਲਟਰ ਖੋਲਿਆ ਵਾ, ਪਰਫੋਰਮੈਂਸ ਥੋੜ੍ਹੀ ਜਿਹੀ ਘੱਟ ਦੇ ਰਹੀ ਸੀਗੀ ਅਤੇ ਤੇਲ ਵੱਧ ਖਾ ਰਹੀ ਸੀ। ਇਹਦਾ ਪੋ ਬਾਹਰ ਰੱਖਿਆ ਹੋਇਆ, ਚੇਂਜ ਕਰ ਦੇਣਾ ਮੈਂ, ਇੱਕ ਵਾਰੀ ਫਿਰ ਵੀ ਧੋ ਕੇ ਦੇਖੂੰਗਾ। ਅਤੇ ਉੱਤੇ ਵਾਲਾ ਬੋਕਸ ਖੋਲਤਾ ਵਾ ਨਟ ਜੇ, ਅਤੇ ਹੁਣ ਮੈਂ ਪੂਰੇ ਦਾ ਪੂਰਾ ਖੋਲ੍ਹਣ ਲੱਗਿਆ ਵਾਂ। ਇਹ ਵੀ ਬਸ ਖੋਲ ਦੇਣਾ ਵਾ, ਆਹ ਦੇਖੋ। ਬਾਕੀ ਤੁਹਾਨੂੰ ਦੱਸਦਾ ਇਹਦਾ ਕਿਹੋ ਜਿਹਾ ਸੀਗਾ ਏਅਰ ਫਿਲਟਰ। ਅਤੇ ਐਲਕੀ ਨਾਲ ਖੁੱਲਦੇ ਨੇ, ਚਾਰ ਪੰਜ ਨਟ, ਕਈ ਨਟ ਨੇ, ਤੁਹਾਨੂੰ ਦਿਖਾਉਣਾ ਬਾਅਦ ਚੋਂ। ਆਖਰਲੀ ਨਟ ਵੀ ਖੋਲ ਲਿਆ, ਤਿੰਨ ਨਟ ਸੀ। ਆ ਲਓ ਇਹ ਦੇਖੋ ਕੀ ਹਾਲ ਆ, ਗੰਦਾ ਵੀ ਇੱਧਰ ਲਿਖਾ ਦੇ। ਲਓ ਜੀ ਆਹ ਪੂਰੇ ਦਾ ਪੂਰਾ ਇਹਦਾ ਬੋਕਸ ਪੂਰਾ ਹੀ ਖੋਲ ਲਿਆ ਆਪਾਂ। ਇਹਨੂੰ ਹੁਣ ਸਾਫ਼ ਸਫਾਈ ਕਰਾਂਗੇ, ਤੁਹਾਨੂੰ ਦਿਖਾਉਣਾ ਮੈਂ। ਇੱਥੇ ਬਹਿ ਕੇ ਧੋ ਲੈਂਦਾ, ਆਹ ਲੈ ਜਾਂਦਾ ਉੱਥੇ। ਸਾਫ਼ ਹੋ ਗਿਆ, ਚਮਕ ਗਿਆ ਦੇਖੀ। ਆ ਲਓ ਜੀ ਆਹ ਦੇਖ ਲਓ, ਇਹ ਲੈ ਆਹ ਕੁਛ ਨਿਕਲਿਆ ਫਿਲਟਰ ਤੋਂ, ਹਲੇ ਤਾਂ ਬਹੁਤ ਕੁਛ ਨਿਕਲਣਾ। ਆਹ ਲੈ ਮੈਂ ਸਾਰੇ ਹੀ ਪੱਟ ਲਿਆਂਦਾ, ਮੈਂ ਸਾਫ਼ ਕਰ ਲਈਏ। ਆਹ ਦੂਜੇ ਵਾਲੇ ਵੀ ਹਲੇ ਜਾਲੀ ਠੀਕ ਆ, ਇਹ ਸਾਫ਼ ਆ, ਇਹ ਸਾਫ਼ ਆ, ਇਹ ਸਿਰਫ ਇਹਦੇ ਕੋਨੇ ਜੇ ਨੇ। ਪਹਿਲਾਂ ਇਹਨੂੰ ਸਾਫ਼ ਕਰ ਦਿੰਦਾ, ਇਹ ਆਪਾਂ ਗਰਮ ਪਾਣੀ ਲਿਆ ਵਾ ਉਹਦੇ ਨਾਲ ਸਾਫ਼ ਕਰਦੇ ਹਾਂ। ਸਰਫ ਪਾਈ ਹੋਈ ਆ ਵਿੱਚ, ਇਹ ਸਰਫ ਨਾਲ ਧੋਤੇ। ਹੁਣ ਇੱਕ ਵਾਰੀ ਇਹਨੂੰ ਵਾਸ਼ ਕਰਕੇ ਅਤੇ ਪਾਣੀ ਨਾਲ ਸਾਫ਼ ਨਾਲ ਧੋ ਕੇ ਧੁੱਪੇ ਰੱਖ ਦੇਣੇ ਆਪਾਂ, ਅਤੇ ਫਿਰ ਡੈਡੀ ਫਿਲਟਰ ਲੈ ਕੇ ਆ ਜਾਣਗੇ, ਲੁਧਿਆਣੇ ਗਏ ਹੋਏ ਨੇ, ਅਤੇ ਉਹ ਲਿਆ ਕੇ ਫਿਰ ਫਿੱਟ ਕਰਾਂਗੇ, ਫਿਰ ਤੁਹਾਨੂੰ ਦਿਖਾਉਂਦੇ ਹਾਂ।
ਅੱਛਾ ਆਹ ਲਓ ਜੀ ਆਹ ਡੈਡੀ ਫਿਲਟਰ ਲਿਆ ਹੈ ਜੀ ਆਹ ਪੁਰਾਣਾ ਫਿਲਟਰ ਹੈ ਧੋ ਕੇ ਸੁਕਾਤਾ ਅਤੇ ਆਹ ਵਾ ਇਹ ਮਹਿੰਦਰਾ ਵਾਲਿਆਂ ਦਾ ਹੀ ਆ ਠੀਕ ਹੈ ਅਤੇ ਉਹ ਆ ਇਹ ਹੈਗਾ ਐਵੇਂ ਦਾ ਅਤੇ ਉਹ ਪਿਆ ਉਹਦਾ ਸਾਰਾ ਸੁੱਕ ਗਏ ਨੇ ਬਸ ਇਹਨੂੰ ਚੱਕ ਕੇ ਲੈ ਜਾਣਾ ਹੁਣ ਤਿੰਨ ਨਟ ਨੇ ਇੱਕ ਇੱਥੇ ਇੱਕ ਪਿੱਛੇ ਆ ਅਤੇ ਇੱਕ ਇੱਧਰ ਆ ਤਿੰਨ ਨਟਾਂ ਨਾਲ ਆ ਸਾਰਾ ਉਹਦਾ ਬਕਸਾ ਖੜਾ ਵਾ ਅਤੇ ਬਾਕੀ ਨਟ ਉਹ ਪਏ ਨੇ ਉਹ ਕਰਾਂਗੇ ਆ ਲਓ ਜੀ ਆ ਹੁਣ ਇੱਕ ਜਾਲੀ ਫਿੱਟ ਕਰ ਦੇਣੀ ਆ ਦੂਜੀ ਇਹਦੇ ਵਿੱਚ ਲੱਗ ਜਾਣੀ ਇਹ ਅਤੇ ਫਿਰ ਇਹਦੇ ਉੱਤੇ ਫਿਲਟਰ ਪੈ ਜਾਣਾ ਲਓ ਜੀ ਆ ਇਹਦੇ ਵਿੱਚ ਜਾਲੀ ਫਿੱਟ ਕਰਕੇ ਆਪਾਂ ਇਹਨੂੰ ਇਹਦੇ ਉੱਤੇ ਫਿੱਟ ਕਰਨਾ ਵਾ ਇਹ ਸਾਰਾ ਲੱਗਣਾ ਐਵੇਂ ਅਤੇ ਦੋ ਨਟ ਇੱਧਰ ਨੇ ਅਤੇ ਫਿਰ ਐਲਕੀਆਂ ਲੱਗਣੀਆਂ ਨੇ ਇੱਥੇ ਐਲਕੀ ਵਾਲੇ ਜਿਹੜੇ ਨਟ ਹੁੰਦੇ ਨੇ ਇਹ ਹੈਗੇ ਨੇ ਪੰਜ ਨਟ ਨੇ ਅਤੇ ਆਹ ਦੋ ਨਟ ਨੇ ਪਹਿਲਾਂ ਹੁਣ ਇਹ ਫਿੱਟ ਕਰਦੇ ਹਾਂ ਉੱਤੋਂ ਫਿਰ ਇਹਨੂੰ ਫਿੱਟ ਕਰਾਂਗੇ ਲਓ ਜੀ ਪਹਿਲਾਂ ਆਪਾਂ ਫਿਲਟਰ ਹੀ ਪਾ ਦਈਏ ਕਿਉਂਕਿ ਫਿਰ ਔਖਾ ਨਾ ਹੋ ਜਾਵੇ ਤਾਂ ਇਸ ਲਈ ਆਪਾਂ ਪਹਿਲਾਂ ਫਿਲਟਰ ਚੇਂਜ ਕਰਦੇ ਹਾਂ ਜਿਹੜਾ ਓਰੀਜਨਲ ਆ ਇਹ ਪਾ ਦੇਣਾ ਆਹ ਦੇਖ ਲਓ ਅਤੇ ਇਹ ਪੈਣਾ ਸਿੰਪਲ ਹੀ ਆ ਕੋਈ ਉਹ ਨਹੀਂ ਹੈਗਾ ਸਿੱਧਮ ਸਿੱਧਾ ਪੈ ਜਾਣਾ ਇਹਨੇ ਐਂ ਕਰਕੇ ਇਹ ਬਾਅਦ ਚੋਂ ਫਿੱਟ ਕਰਦੇ ਹਾਂ ਲਓ ਜੀ ਹੁਣ ਇਹਨੂੰ ਕਰ ਦੇਣਾ ਫਿੱਟ ਆਪਾਂ ਇਹਦੇ ਵਿੱਚ ਅਤੇ ਇਹਨੇ ਲੱਗਣਾ ਚਾਰ ਨਾਟ ਅਤੇ ਇਹਨੇ ਇੱਥੇ ਹੋ ਜਾਣਾ ਫਿੱਟ ਚਲੋ ਮੈਂ ਨਟ ਨੁਟ ਕੱਸ ਕੇ ਫਿਰ ਤੁਹਾਨੂੰ ਦੱਸਦਾ ਵੀ ਕਿਵੇਂ ਨਟ ਕਿੱਥੇ ਕਿਹੜੇ ਕੱਸੇ ਹੋਏ ਨੇ ਮੈਂ ਇੱਕ ਵਾਰੀ ਪਹਿਲਾਂ ਫਿੱਟ ਕਰ ਦੂੰਗਾ ਆ ਲਓ ਜੀ ਆਹ ਵਾਲੇ ਐਲਕੀ ਨਟ ਨੇ ਅਤੇ ਇਹ ਹੁਣ ਪੰਜ ਨਟ ਨੇ ਅਤੇ ਜਿਹੜੇ ਫਿੱਟ ਕਰਨੇ ਆ ਅਤੇ ਇਹ ਫਿਰ ਫਿੱਟ ਕਰਕੇ ਤੁਹਾਨੂੰ ਫਿਰ ਮਿਲਦੇ ਹਾਂ ਲਓ ਜੀ ਦੇਖ ਲਓ ਕਰਤਾ ਫਿੱਟ ਆਹ ਨਟ ਸੀਗੇ ਥੋੜ੍ਹੇ ਜਿਹੇ ਡਿਫੀਕਲਟ ਨੇ ਕਿਉਂਕਿ ਇੱਕ ਦੋ ਇੱਥੇ ਕਹਾਉਂਦੇ ਨੇ ਨਟ ਉਹ ਥੋੜ੍ਹੇ ਜਿਹੇ ਔਖੇ ਨੇ ਕੱਸਣੇ ਬਾਕੀ ਜਿਹੜੇ ਮੇਨ ਉਹਦੇ ਵਾਲੇ ਬਾਕਸ ਵਾਲੇ ਨੇ ਉਹ ਤਿੰਨ ਨਟ ਨੇ ਦੋ ਨਟ ਹੈਗੇ ਨੇ ਆਹ ਚੀਜ਼ ਦੇ ਇੱਕ ਇੱਥੇ ਆ ਇੱਕ ਇਹਦੀ ਬੈਕ ਸਾਈਡ 'ਤੇ ਆ ਅਤੇ ਉਹ ਚੀਜ਼ ਆ ਬਾਕੀ ਕਰਦੇ ਹੁਣ ਇੱਕ ਵਾਰੀ ਇਹਨੂੰ ਹੁਣ ਬੰਦ ਕਰਕੇ ਅਤੇ ਸਟਾਰਟ ਕਰਕੇ ਦੇਖਾਂਗੇ ਉਮੀਦ ਆ ਵਧੀਆ ਲੱਗਿਆ ਸਬਸਕ੍ਰਾਈਬ ਕਰਿਓ ਚੈਨਲ ਨੂੰ ਲਾਈਕ ਕਰਿਓ ਵੀਡੀਓ ਨੂੰ ਕਮੈਂਟ ਜ਼ਰੂਰ ਕਰਕੇ ਦੱਸਿਓ ਵਧੀਆ ਲੱਗਿਆ ਬਾਏ